ਵੱਲੋਂ ਐਨਕਾਊਂਟਰ ਦੀਆਂ ਲਾਈਵ ਤਸਵੀਰਾਂ ਕਿ ਕਿਵੇਂ ਪੁਲਿਸ ਦੇ ਵੱਲੋਂ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ। ਦਰਅਸਲ BMW ਦੇ ਵਿੱਚ ਇੱਕ ਗੈਂਗਸਟਰ ਭੱਜ ਰਿਹਾ ਸੀ ਤੇ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ ਤਾਂ ਬਲੈਰੋ ਗੱਡੀ ਦੇ ਵਿੱਚ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਹੈ ਤੇ ਅੱਗੇ ਜਾ ਕੇ ਰਾਹ ਬੰਦ ਹੋ ਗਿਆ ਤੇ BMW ਦੇ ਵਿੱਚੋਂ ਗੈਂਗਸਟਰ ਉਤਰ ਕੇ ਕੋਠੀਆਂ ਦੇ ਵੱਲ ਭੱਜਦਾ ਹੈ। ਪੁਲਿਸ ਉਸ ਦਾ ਪਿੱਛਾ ਕਰਦੀ ਹੈ, ਜਿਸ ਤੋਂ ਬਾਅਦ ਅੱਗੇ ਰਸਤਾ ਬੰਦ ਹੁੰਦਾ, ਦੁਬਾਰਾ ਤੋਂ ਉਹ ਦੂਜੇ ਪਾਸੇ ਨੂੰ ਭੱਜਦਾ ਹੈ, ਪੁਲਿਸ ਪਿੱਛਾ ਕਰ ਰਹੀ ਹੈ। ਉਹ ਫਾਇਰਿੰਗ ਦੀ ਵੀ ਖਬਰ ਹੈ ਤਾਂ ਤਸਵੀਰਾਂ ਮੋਹਾਲੀ ਦੇ ਸੈਕਟਰ 71 ਤੋਂ ਸਾਹਮਣੇ ਆਈਆਂ ਨੇ, ਜਿੱਥੇ ਇੱਕ BMW ਗੱਡੀ ਦੇ ਵਿੱਚ ਇੱਕ ਗੈਂਗਸਟਰ ਫਰਾਰ ਹੋ ਰਿਹਾ ਸੀ ਤੇ SSOC ਦੀ ਟੀਮ ਇਸ ਦਾ ਪਿੱਛਾ ਕਰ ਰਹੀ ਸੀ ਤਾਂ ਅੱਗੇ ਜਾ ਕੇ ਰਾਹ ਬੰਦ ਹੋ ਗਿਆ ਤੇ ਬਲੈਰੋ ਗੱਡੀ ਦੇ ਵਿੱਚ ਜੋ ਪੁਲਿਸ ਹੈ ਉਸ ਦੇ ਅਧਿਕਾਰੀ ਸੀ ਤਾਂ ਜਿਹੜਾ ਗੈਂਗਸਟਰ ਹੈ BMW ਛੱਡ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਬਾਅਦ ਪਹਿਲਾਂ ਕੋਠੀਆਂ ਵੱਲ ਨੂੰ ਜਾਂਦਾ, ਅੱਗੇ ਰਸਤਾ ਬੰਦ ਹੋਣ ਕਰਕੇ ਦੂਜੇ ਪਾਸੇ ਨੂੰ ਜਾਂਦਾ, ਪੁਲਿਸ ਉਸ ਦਾ ਪਿੱਛਾ ਕਰਦੀ ਹੈ। ਫਾਇਰਿੰਗ ਦੀ ਖਬਰ ਵੀ ਸਾਹਮਣੇ ਆਈ ਹੈ, ਹਾਲਾਂਕਿ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਾਂ ਦੱਸ ਦਈਏ ਕਿ ਸੈਕਟਰ 71 ਦੀਆਂ ਇਹ ਤਸਵੀਰਾਂ ਨੇ ਜਿੱਥੇ ਦਿਨ ਦਿਹਾੜੇ ਐਨਕਾਊਂਟਰ ਕੀਤਾ ਗਿਆ ਤੇ ਬੱਬੂ ਮਾਨ ਜਿਹੜੇ ਪੰਜਾਬੀ ਦੇ ਪ੍ਰਸਿੱਧ ਗਾਇਕ ਨੇ, ਅਦਾਕਾਰ ਨੇ, ਉਹਨਾਂ ਦੇ ਕੋਠੀ ਦੇ ਨੇੜੇ ਇਹ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ। ਤਾਂ ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ, ਜਿਹੜੀਆਂ ਉੱਥੇ ਕੋਠੀਆਂ ਨੇ ਉੱਥੇ ਲੱਗੇ CCTV ਕੈਮਰਿਆਂ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ, ਜਿਸ ਦੇ ਵਿੱਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਬਲੈਰੋ ਗੱਡੀ ਆਉਂਦੀ ਹੈ, ਬਲੈਰੋ ਗੱਡੀ ਦੇ ਵਿੱਚ ਪੁਲਿਸ ਫੋਰਸ ਹੈ, ਅੱਗੇ BMW ਖੜੀ ਤੁਹਾਨੂੰ ਦਿਖ ਰਹੀ ਹੈ, BMW ਛੱਡ ਕੇ ਇੱਕ ਗੈਂਗਸਟਰ ਜਿਹੜਾ ਹੈ ਉਹ ਫਰਾਰ ਹੋ ਰਿਹਾ ਹੈ, ਜਿਸ ਦਾ ਪੁਲਿਸ ਪਿੱਛਾ ਕਰਦੀ ਹੈ, ਜਿਸ ਤੋਂ ਬਾਅਦ ਉਹ ਭੱਜਦਾ ਦਿਖਾਈ ਦੇ ਰਿਹਾ ਪੁਲਿਸ ਦੇ ਅੱਗੇ ਅੱਗੇ ਅਤੇ ਪੁਲਿਸ ਉਸ ਦੇ ਪਿੱਛੇ ਪਿੱਛੇ ਆ, ਹੱਥ ਦੇ ਵਿੱਚ ਹਥਿਆਰ ਨੇ, ਗਨ ਫੜੀ ਹੋਈ ਹੈ ਅਤੇ ਉਸ ਨੂੰ ਬਾਅਦ ਦੇ ਵਿੱਚ ਕਾਬੂ ਕਰ ਲਿਆ ਗਿਆ ਅਤੇ ਇਸ ਦੌਰਾਨ ਕ੍ਰੋਸ ਫਾਇਰਿੰਗ ਦੀ ਵੀ ਖਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਅਧਿਕਾਰਿਤ ਤੌਰ 'ਤੇ ਪੁਲਿਸ ਹਾਲੇ ਇਸ ਦੀ ਪੁਸ਼ਟੀ ਕਰੇਗੀ, ਪਰ ਇਹ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਗੈਂਗਸਟਰ ਅਤੇ ਪੁਲਿਸ ਦਰਮਿਆਨ ਇਹ ਮੁੱਠਭੇੜ ਦੀਆਂ ਤਸਵੀਰਾਂ ਨੇ, ਜਿੱਥੇ ਇੱਕ ਗੈਂਗਸਟਰ ਫਰਾਰ ਹੋ ਰਿਹਾ ਸੀ BMW ਗੱਡੀ ਦੇ ਵਿੱਚ ਅਤੇ ਪੁਲਿਸ ਉਸਦਾ ਪਿੱਛਾ ਕਰ ਰਹੀ ਸੀ, ਪੁਲਿਸ ਕੋਲ ਜਾਣਕਾਰੀ ਸੀ ਤਾਂ ਜਦੋਂ ਉਹ ਫਰਾਰ ਹੋ ਰਿਹਾ ਸੀ ਤਾਂ ਉਸ ਦੌਰਾਨ ਪੁਲਿਸ ਉਸਦਾ ਪਿੱਛਾ ਕਰਦੀ ਹੈ ਤਾਂ BMW ਅੱਗੇ ਜਾ ਕੇ ਰੁਕ ਜਾਂਦੀ ਹੈ ਕਿਉਂਕਿ ਅੱਗੇ ਰਾਹ ਬੰਦ ਸੀ, ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਰਸਤਾ ਜਿਹੜਾ ਹੈ ਅੱਗੇ ਜਾ ਕੇ ਬੰਦ ਹੋ ਜਾਵੇਗਾ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਹੈ। ਤਾਂ CCTV ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਇਹ BMW ਤੇਜ਼ ਰਫ਼ਤਾਰ ਦੇ ਵਿੱਚ ਆਉਂਦੀ ਹੈ, ਕਿਵੇਂ ਬਲੈਰੋ ਗੱਡੀ ਇਸ ਦਾ ਪਿੱਛਾ ਕਰਦੀ ਹੈ ਅਤੇ ਮੌਕੇ 'ਤੇ ਮੌਜੂਦ ਲੋਕ ਵੀ ਹੈਰਾਨ ਰਹਿ ਜਾਂਦੇ ਨੇ ਕਿ ਪੌਸ਼ ਏਰੀਏ ਦੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿਸ ਢੰਗ ਦੇ ਨਾਲ ਇਹ ਐਨਕਾਊਂਟਰ ਹੋਇਆ ਹੈ।